ਮੇਰਾ ਪੰਜਾਬ ਚੈਨਲ ਦੇਖਦੇ ਹੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀ ਕਿਸਾਨ ਵੀਰ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਇਸ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਨਾਲ ਹੀ ਬੈਲਕ ਆਈਕਨ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਵੇਖਣ ਨੂੰ ਪਹਿਲਾਂ ਮਿਲ ਸਕੇ ਅੱਜ ਆਪਾਂ ਲੈ ਕੇ ਆਏ ਹਾਂ ਕੇਐਸਓ ਤੂੜੀ ਵਾਲਾ ਰੀਪਰ ਮਾਡਲ ਦੀ ਗੱਲ ਕਰੀਏ ਮਾਲਕਾਂ ਦੇ ਦੱਸਣ ਅਨੁਸਾਰ 2013 ਮਾਡਲ ਇਹ ਰੀਪਰ ਹੈ ਜੀ ਰੰਗ ਪੇਂਟ ਵੀ ਸਾਰਾ ਰੀਪਰ ਦਾ origignal ਪਿਆਗਾ ਮਾਲਕਾਂ ਦੇ ਦੱਸਣ ਦੇ ਅਨੁਸਾਰ ਹੀ ਵਧੀਆ ਕੰਡੀਸ਼ਨ ਹੈ ਸਰੀਪਰ ਦੀ ਬਾਕੀ ਤੁਸੀਂ ਰੀਪਰ ਦੀਆਂ ਤਸਵੀਰਾਂ ਦੇ ਵਿੱਚ ਵੇਖ ਹੀ ਰਹੇ ਹੋ ਹਾਲਤ ਮਾਲਕਾਂ ਨੇ ਇਸ ਦੀ ਡਿਮਾਂਡ ਨਹੀਂ ਦੱਸੀ ਉਹ ਫੋਨ ਉੱਪਰ ਹੀ ਤੁਹਾਨੂੰ ਦੱਸਣਗੇ ਮਾਲਕਾਂ ਦਾ ਜੋ ਫੋਨ ਨੰਬਰ ਹੈ ਉਹ ਸਕਰੀਨ ਉੱਪਰ ਚੱਲ ਰਿਹਾਗਾ ਤੇ ਜੋ ਵੀ ਕਿਸਾਨ ਵੀਰ ਹੈ ਸਰੀਪਰ ਨੂੰ ਖਰੀਦਣਾ ਚਾਹੁੰਦਾ ਹੋਵੇ ਮਾਲਕਾਂ ਦੇ ਨਾਲ ਫੋਨ ਉੱਪਰ ਗੱਲਬਾਤ ਕਰਕੇ ਇਸ ਰੀਪਰ ਨੂੰ ਖਰੀਦ ਸਕਦਾਗਾ ਹਾਂਜੀ ਇਸ ਤੋਂ ਬਾਅਦ ਆ ਜਾਂਦਾ ਜੀ ਮੱਕੀ ਪੈਕ ਕਰਨ ਵਾਲਾ ਬੈਲਰ 2021 ਮਾਡਲ ਆ ਮਾਲਕਾਂ ਦੇ ਦੱਸਣ ਅਨੁਸਾਰ ਬਾਕੀ ਇਸ ਦੀ ਕੰਡੀਸ਼ਨ ਵੀ ਵਧੀਆ ਪਈਆ 6D ਮਾਡਲ ਆ ਚਾਰ ਹਾਈਡਰੋਲਿਕ ਪੰਪ ਲੱਗੇ ਹੋਏ ਆ ਤੇ ਡਬਲ ਜੈਕ ਆ ਇਸ ਦੀ ਜੋ ਡਿਮਾਂਡ ਆ ਮਾਲਕਾਂ ਨੇ ਦੱਸੀ ਨਹੀਂ ਤੇ ਉਹ ਵੀ ਇਸ ਦੀ ਡਿਮਾਂਡ ਆ ਫੋਨ ਉੱਪਰ ਹੀ ਦੱਸਣਗੇ ਜੋ ਵੀ ਕਿਸਾਨ ਵੀਰ ਜਾਂ ਡੈਰੀ ਫਾਰਮ ਵਾਲਾ ਵੀਰ ਇਸ ਬੈਲਰ ਨੂੰ ਲੈਣਾ ਚਾਹੁੰਦਾ ਹੋਵੇ ਉਹ ਮਾਲਕਾਂ ਨਾਲ ਫੋਨ ਉੱਪਰ ਗੱਲਬਾਤ ਕਰਕੇ ਇਸ ਬੈਲਰ ਨੂੰ ਖਰੀਦ ਸਕਦਾਗਾ ਤੇ ਮਾਲਕਾਂ ਦਾ ਏਰੀਆ ਮੋਗਾਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਹੀ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਤੇ ਕਲਿੱਕ ਕਰ ਦੇਜੋ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਵੇਖਣ ਨੂੰ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਆਪਣੇ ਸਾਧਨ ਦੀ ਐਡ ਲਵਾਉਣੀ ਚਾਹੁੰਦੇ ਹੋ 5 ਤੋਂ 7 ਫੁੱਟ ਮਾ ਸਮੇਤ ਜਾਣਕਾਰੀ ਭੇਜ ਕੇ ਆਪਣੇ ਸਾਧਨ ਦੀ ਐਡ ਲਵਾ ਸਕਦੇ ਹੋ ਆਪਣਾ ਜੋ ਹੈਲਪਲਾਈਨ ਨੰਬਰ ਹੈ ਉਹ ਸਕਰੀਨ ਉੱਪਰ ਚੱਲ ਰਿਹਾਗਾ ਉਸ ਦੇ ਉੱਪਰ WhatsApp ਕਰ ਸਕਦੇ ਹੋ ਬਾਕੀ ਧੰਨਵਾਦ ਜੀ